ਆਨਲਾਈਨ ਪੇਪਰ ਭਰਨ ਨੂੰ ਲੈ ਕੇ ਸਾਈਬਰ ਕੈਫੇ ਤੇ ਭਖਿਆ ਮਾਹੌਲ। ਦੁਕਾਨਦਾਰ ਨੇ ਕੜੇ ਮਾਰ ਮਾਰ ਭੰਨੀ ਨੌਜਵਾਨ ਦੀ ਅੱਖ। ਦੁਕਾਨਦਾਰ ਨੇ ਜ਼ਖਮੀ ਸ਼ਖਸ ਤੇ ਪਹਿਲਾਂ ਕੁੱਟਮਾਰ ਦੇ ਲਗਾਏ ਇਲਜ਼ਾਮ। ਤਾਂ ਦੱਸ ਦੇ ਕਿ ਮਾਮਲਾ ਇੱਕ ਸਾਈਬਰ ਕੈਫੇ ਦਾ ਸਾਹਮਣੇ ਆਇਆ, ਜਿੱਥੇ ਦੋ ਨੌਜਵਾਨ ਪੇਪਰ ਭਰਾਉਣ ਦੇ ਲਈ ਆਉਂਦੇ ਨੇ। ਤਾਂ ਜਦ ਇਹਨਾਂ ਦਾ ਪੇਪਰ ਭਰਿਆ ਜਾ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਸਰਵਰ ਡਾਊਨ ਹੋ ਜਾਂਦਾ ਹੈ। ਤਾਂ ਜ਼ਖਮੀ ਸ਼ਖਸ ਨੇ ਦੱਸਿਆ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਸ਼ਾਮ ਨੂੰ ਆ ਜਾਣ ਕਿਉਂਕਿ ਸਰਵਰ ਡਾਊਨ ਹੈ। ਤਾਂ ਉਹਨਾਂ ਕਿਹਾ ਕਿ ਨਹੀਂ, ਸਾਡੇ ਪੈਸੇ ਵਾਪਸ ਕਰ ਦਿਓ, ਅਸੀਂ ਕਿਸੇ ਹੋਰ ਦੁਕਾਨ ਤੋਂ ਇਹ ਫਾਰਮ ਭਰਵਾ ਲਵਾਂਗੇ ਕਿਉਂਕਿ ਸ਼ਾਮ ਨੂੰ ਸਾਡੇ ਕੋਲ ਸਮਾਂ ਨਹੀਂ। ਜਿਸ ਤੋਂ ਬਾਅਦ ਉਹਨਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਹਨਾਂ ਦੀ ਬਹਿਸਬਾਜ਼ੀ ਹੋ ਜਾਂਦੀ ਹੈ, ਜਿਸ ਕਾਰਨ ਦੁਕਾਨਦਾਰ ਦੇ ਵੱਲੋਂ ਕੜੇ ਮਾਰ ਮਾਰ ਇਸ ਨੌਜਵਾਨ ਦੀ ਅੱਖ ਭੰਨ ਦਿੱਤੀ ਜਾਂਦੀ ਹੈ। ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਜਦਕਿ ਇਸ ਸੰਬੰਧੀ ਜਦ ਦੂਸਰੇ ਧਿਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉੱਥੇ ਦੁਕਾਨਦਾਰ ਵੱਲੋਂ ਦੱਸਿਆ ਗਿਆ ਕਿ ਦੋ ਨੌਜਵਾਨ ਦੁਕਾਨ ਤੇ ਫਾਰਮ ਭਰਾਉਣ ਦੇ ਲਈ ਆਉਂਦੇ ਨੇ ਤਾਂ ਇਹਨਾਂ ਦਾ ਫਾਰਮ ਅੱਧਾ ਭਰਿਆ ਜਾ ਚੁੱਕਿਆ ਹੁੰਦਾ ਹੈ, ਪਰ ਉਸ ਸਮੇਂ ਸਰਵਰ ਡਾਊਨ ਹੁੰਦਾ ਹੈ ਜੋ ਕਿ ਇਹਨਾਂ ਦੀ ਕੋਈ ਗਲਤੀ ਨਹੀਂ ਹੈ। ਤਾਂ ਇਹਨਾਂ ਨੇ ਕਿਹਾ ਕਿ 10 ਮਿੰਟ ਇੰਤਜ਼ਾਰ ਕਰੋ, ਇਹ ਫਿਰ ਤੋਂ ਤੁਹਾਡਾ ਫਾਰਮ ਭਰ ਦਿੱਤਾ ਜਾਵੇਗਾ। ਪਰ ਇਹ ਨੌਜਵਾਨ ਜਿੱਦ ਕਰਨ ਲੱਗੇ ਕਿ ਸਾਡੇ ਪੈਸੇ ਵਾਪਸ ਕਰੋ, ਜਦਕਿ ਸਾਡੀ ਲੇਬਰ ਤੇ ਖਰਚ ਹੁੰਦਾ ਹੈ, ਉਹਨਾਂ ਦੇ ਵੱਲੋਂ ਮਿਹਨਤ ਕੀਤੀ ਗਈ ਸੀ, ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਅੱਧੇ ਪੈਸੇ ਦੇ ਦਿਓ। ਤਾਂ ਇਹ ਨੌਜਵਾਨ ਉੱਥੇ ਗੁੰਡਾਗਰਦੀ ਕਰਦੇ ਨੇ, ਤਾਂ ਇਹਨਾਂ ਦੇ ਮੁੰਡੇ ਦੇ ਉੱਤੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਉਸਦੀ ਪੱਗ ਉਤਾਰ ਦਿੱਤੀ ਗਈ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਬਚਾਅ ਦੇ ਵਿੱਚ ਉਹਨਾਂ ਤੇ ਹਮਲਾ ਕੀਤਾ ਗਿਆ। ਤਾਂ ਇਸ ਸੰਬੰਧੀ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਹੈ ਤਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੇਰਾ ਨਾਮ ਜਿੰਕਰ ਕਪੂਰ ਆ। ਅਸੀਂ ਖੇੜਾ ਕਾਲਜ ਗਏ ਸੀਗੇ ਫੋਰਮ ਭਰਨ, ਤੇ ਉੱਥੇ ਉਹਨਾਂ ਦਾ ਮੁੰਡਾ ਮੇਰੇ ਭਰਾ ਦੇ ਨਾਲ ਔਖਾ ਹੋ ਗਿਆ ਸੀਗਾ, ਲੜਾ ਲੱਗ ਗਿਆ ਸੀ, ਪੈਸੇ ਦੇ ਪਿੱਛੇ ਧੱਕੇ ਮੁੱਕੀ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਜਦੋਂ ਮੈਂ ਜਾ ਕੇ ਸਮਝਾਇਆ, ਉਹਨੇ ਮੈਨੂੰ ਵੀ ਧੱਕੇ ਮਾਰੇ ਆ, ਤੇ ਉਹਦੇ ਪਾਪਾ ਨੇ ਮੁੰਡੇ ਨੇ ਸਟਾਫਾਂ ਨੇ ਫੜ ਕੇ ਕੁੱਟੇ ਆ, ਤੇ ਉਸ ਤੋਂ ਬਾਅਦ ਉਹਨੇ ਕੜੇ ਮਾਰੇ, ਅੱਖ ਭੰਨਤੀ, ਉਸ ਤੋਂ ਬਾਅਦ ਮੁੰਡੇ ਤੇ ਵੀ ਗੜੇ ਮਾਰੇ, ਛਾਤੀ ਤੇ ਵੀ ਮਾਰੇ ਆ। ਰੀਜ਼ਨ ਕੁਛ ਨਹੀਂ, ਮੁੰਡੇ ਦੇ ਐਟੀਟਿਊਡ ਬਹੁਤ ਜ਼ਿਆਦਾ ਹੈ, ਨਜਾਇਜ਼ ਤੇ ਸਾਰੇ ਕਸਟਮਰ ਨੂੰ ਖਿੱਚ ਖਿੱਚ ਕੇ ਪੈਂਦਾ ਪਿਆ ਸੀ, ਧੱਕੇ ਮਾਰ ਮਾਰ ਕੱਢਦਾ ਪਿਆ ਸੀ, ਰੂੜ ਕਾਫੀ। ਅਸੀਂ ਇੱਕ ਫੋਰਮ ਭਰਵਾਉਣ ਗਏ ਸੀਗੇ, ਤੇ ਪੈਸੇ ਦਾ ਰੌਲਾ ਹੀ ਨਹੀਂ ਸੀ, ਇੰਨਾ ਪੈਸੇ ਭਾਵੇਂ 200 ਦੇ 500 ਲੈ ਲਵੇ ਕੋਈ ਗੱਲ ਨਹੀਂ ਹੈ ਨਾ, ਮੇਨ ਹੈਗਾ ਉਹਨੂੰ ਐਟੀਟਿਊਡ, ਰੂੜ ਇੰਨਾ ਹੋ ਗਿਆ ਸੀਗਾ, ਅਕਲ ਹੀ ਨਹੀਂ ਸੀ ਗੱਲ ਕਰਨ ਦੀ ਮੁੰਡੇ। ਮੇਰੇ ਤੇ ਸਾਰੇ ਸਟਾਫ ਹੀ ਵਿੱਚ ਇਕੱਠੇ ਸੀਗੇ, ਸਾਰੇ 3-4 ਜਣੇ ਮੈਨੂੰ ਫੜ ਕੇ, ਤੇ ਉਹ ਮੁੰਡੇ ਨੇ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ, ਸੀਸੀਟੀਵੀ ਕੈਮਰੇ ਕਹਿੰਦੇ ਹੈ ਸਾਡੇ ਕੋਲ, ਸਾਨੂੰ ਪੁਲਿਸ ਨੂੰ ਉਸ ਵੇਲੇ ਕੰਪਲੇਂਟ ਕਰਦੀ? ਹਾਂਜੀ, ਅਸੀਂ ਕਰਤੀ। ਮੰਗ ਕੀ ਕਰਦੇ ਭਾਜੀ ਤੁਸੀਂ? ਅਸੀਂ ਮੰਗ ਕਿ ਉਹਨੂੰ ਪ੍ਰੋਪਰ ਅਰੈਸਟ ਕੀਤਾ ਜਾਵੇ ਤੇ ਸਾਰੀਆਂ ਚੀਜ਼ਾਂ 'ਤੇ ਕਾਰਵਾਈ ਕੀਤੀ ਜਾਵੇ। ਕੋਲਜ ਮੈਂ ਆਪਣੇ ਬ੍ਰਦਰ ਦੇ ਨਾਲ ਆਪਣੀ ਵਾਈਫ ਦਾ ਪੇਪਰ ਭਰਨ ਗਿਆ ਸੀਗਾ। ਜਦੋਂ ਮੈਂ ਪੇਪਰ ਭਰਨ ਗਿਆ ਖੇੜਾ ਕਾਲਜ, ਉੱਥੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪਹਿਲਾਂ ਫੀਸ ਜਮ੍ਹਾਂ ਕਰਵਾ ਦਿਓ। ਜਦੋਂ ਮੈਂ ਫੀਸ ਜਮ੍ਹਾਂ ਕਰਵਾ ਦਿੱਤੀ, ਮੈਂ ਪੇਪਰ ਭਰਨ ਚਲਾ ਗਿਆ, ਪੇਪਰ ਭਰਦੇ ਭਰਦੇ ਸਾਈਟ ਵਨ ਮੇਨਟੇਨੈਂਸ ਚੱਲਦੀ ਸੀਗੀ, ਇਹਨਾਂ ਨੇ ਕਿਹਾ ਜੀ ਕਿ ਪੇਪਰ ਅੱਜ ਭਰਿਆ ਨਹੀਂ ਜਾਣਾ ਵਾ, ਤੁਸੀਂ ਸ਼ਾਮ ਤੱਕ ਆ ਜਾਓ। ਅਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਸ਼ਾਮੀ ਆ ਨਹੀਂ ਸਕਦਾ, ਮੈਂ ਆਪਣੇ ਕੰਮ ਜਾਣਾ ਆ, ਮੈਂ ਇੱਦਾਂ ਕਰਾਂ ਕਿਸੇ ਹੋਰ ਕੋਲੋਂ ਭਰਵਾ ਲਾਂਗਾ, ਜੀ ਤੁਹਾਡੀ ਨਹੀਂ ਭਰਿਆ ਤੁਸੀਂ ਰਹਿਣ ਦਿਓ, ਕੋਈ ਗੱਲ ਨਹੀਂ, ਤੁਸੀਂ ਪੈਸੇ ਵਾਪਸ ਕਰ ਦਿਓ। ਉਹ ਕਹਿੰਦੇ ਜੀ ਇੰਟੇ ਅੰਦਰ ਮੇਨਟੇਨੈਂਸ ਹੈਗੀ, ਉਹ ਸਾਡੀ ਗਲਤੀ ਨਹੀਂ ਜੀ, ਅਸੀਂ ਨਹੀਂ ਪੈਸੇ ਵਾਪਸ ਕਰਨੇ। 200 ਰੁਪਏ ਦਿੱਤੇ ਸੀਗੇ ਸਰ, ਹਾਂਜੀ 200 ਰੁਪਏ ਪਿੱਛੇ ਅਗਲੇ ਸਾਡੇ ਨਾਲ ਲੜ ਪਏ ਆ, ਤੇ ਅਸੀਂ 200 ਰੁਪਏ ਉਹਨਾਂ ਨੂੰ ਦਿੱਤੇ, ਤੇ ਅਸੀਂ ਉਹਨਾਂ ਨੂੰ ਕਿਹਾ ਕਿ ਠੀਕ ਆ ਭਾਜੀ ਪੈਸੇ ਵਾਪਸ ਕਰ ਦਿਓ, ਤੇ ਉਹ ਕਹਿੰਦਾ ਪੈਸੇ ਵਾਪਸ ਨਹੀਂ ਹੁੰਦੇ। ਮੈਂ ਕਿਹਾ ਸਰ ਇਹ ਤਾਂ ਗੱਲ ਗਲਤ ਹੈ, ਜੇ ਪੈਸੇ ਵਾਪਸ ਨਹੀਂ, ਜੋ ਸਕੂਲਾਂ ਬੰਦ ਹੋ ਤੁਹਾਡੇ ਬੰਦ ਆ। ਬਟ ਉਹਨਾਂ ਦਾ ਬੇਟਾ ਜਿਹੜਾ ਸੀਗਾ ਬਦਤਮੀਜ਼ੀ ਨਾਲ ਗੱਲ ਕਰ ਰਿਹਾ ਸੀਗਾ, ਅੱਗੋਂ ਕਹਿੰਦਾ ਜਾ ਜਿੱਥੋਂ ਲੈਣੇ ਲੱਲਾ ਪੈਸੇ ਜਾ ਕੇ ਮੇਰੇ ਕੋਲ ਨਹੀਂ ਦਿੱਤੇ ਜਾਂਦੇ। ਤੇ ਉਸ ਤੋਂ ਬਾਅਦ ਸਾਨੂੰ ਗਾਲੀ ਗਲੋਚ ਕਰਨ ਲੱਗ ਪਿਆ, ਤੇ ਫਿਰ ਜਦੋਂ ਅਸੀਂ ਉਹਨੂੰ ਕਿਹਾ ਕਿ ਇਹ ਤਾਂ ਤੁਸੀਂ ਗੱਲ ਗਲਤ ਕਰਦੇ ਹੋ, ਅਗਲਾ ਕਹਿੰਦਾ ਜਾ ਜਿੱਥੇ ਜਾਣਾ ਚਲੇ ਜਾ। ਉਹ ਮੁੰਡੇ 'ਚ ਐਟੀਟਿਊਡ ਬੜਾ ਸੀਗਾ। ਕਿੰਨੇ ਬੰਦੇ ਤੁਹਾਡੇ 'ਤੇ ਹਮਲਾ ਕੀਤਾ? ਸਾਡੇ ਮੇਰੇ ਬ੍ਰਦਰ ਦੇ ਅਤੇ ਮੇਰੇ 'ਤੇ ਉਹਨੇ ਖਾਸ ਹਮਲਾ ਕੀਤਾ, ਪਲੱਸ ਉਹਨੇ ਸਟਾਫ ਨੇ ਉਹਨਾਂ ਦਾ ਸਾਥ ਦਿੱਤਾ, ਉਹਨੂੰ ਫੜ ਕੇ ਸਾਨੂੰ ਫੜ ਲਿਆ, ਅਤੇ ਉਹ ਸਾਡੇ ਕੜੇ ਮਾਰੀ ਗਿਆ ਦੋਵਾਂ ਦੇ। ਹੁਣ ਕੀ ਮੰਗ ਕੀ ਕਰਦੇ? ਅਸੀਂ ਮੰਗ ਕਰਦੇ ਅੱਜ ਪਰਚਾ ਕੀਤਾ ਜਾਏ, ਜੋ ਕਾਨੂੰਨੀ ਕਾਰਵਾਈ ਬਣਦੀ ਅੱਜ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ। ਹਾਂਜੀ, ਅਸੀਂ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਹੈ ਜੀ। ਪੁਲਿਸ ਵੱਲੋਂ ਇਹ ਉਹਨਾਂ ਨੇ ਆਪਣਾ ਕਿਹਾ ਕਿ
ਕਿ ਪ੍ਰੋਪਰ ਚੈੱਕ ਕਰਕੇ ਤੇ ਅਸੀਂ ਦੇਣੇ ਤੁਹਾਡਾ ਪ੍ਰੋਪਰ ਕਰਨੇ। ਦੋ ਨੌਜਵਾਨ ਆਏ ਆ ਜੀ, ਉਹਨਾਂ ਨੇ ਫਾਰਮ ਭਰਾਇਆ, ਅੱਧਾ ਫਾਰਮ ਭਰਿਆ ਗਿਆ, ਮੇਨਟੇਨੈਂਸ ਆ ਗਈ ਹੈ ਸਾਈਟ ਅੰਡਰ ਮੇਨਟੇਨੈਂਸ। ਉਹਨੇ ਕਿਹਾ ਜੀ ਰੁਕ ਜਾਓ, 10-15 ਮਿੰਟ ਬਾਅਦ, ਅੱਧੇ ਘੰਟੇ ਬਾਅਦ ਫਿਰ ਚੱਲ ਪੈਂਦੀ ਹੈ ਪਿੱਛੋਂ। ਤਾਂ ਇਹ ਦਿੱਲੀ ਦੇ ਕੰਟਰੋਲ 'ਚ ਨੇ ਸਾਈਟਾਂ, ਸਾਡੇ ਤੁਹਾਡੇ ਦੇ ਬਸ ਹੁੰਦੀਆਂ ਹੀ ਨਹੀਂ। ਨਹੀਂ ਜੀ ਅਸੀਂ ਨਹੀਂ ਭਰਾਉਣਾ ਜੀ। ਉਹਨੇ ਕਿਹਾ ਜੀ ਅੱਧੇ ਘੰਟੇ ਦੀ ਬੰਦੇ ਨੇ ਲੇਬਰ ਲਾਈ, ਉਹਦੇ ਪੈਸੇ ਲੱਗੇ ਆ, ਉਹਨੇ ਲੇਬਰ ਜਾਂ ਤਾਂ ਅੱਧੀ ਲੈ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਜਿੰਨੀ ਲੇਬਰ ਉਹਦੀ ਦਿੱਤੀ ਉਹਨੂੰ ਪੈਸੇ ਦਿਓ ਅਤੇ ਜਾਓ। ਨਹੀਂ ਜੀ ਅਸੀਂ ਨਹੀਂ ਜੀ, ਆਪਾਂ ਕਢਾ ਲਾਂਗੇ ਪੈਸੇ, ਸਾਡੇ ਕੋਲ ਬਥੇਰੇ, ਬਥੇਰਾ ਜ਼ੋਰ ਹੈਗਾ ਜੀ, ਅਸੀਂ ਆਪੇ ਕਢਾ ਲਾਂਗੇ ਪੈਸੇ। ਉਹਨੇ ਦੂਜੇ ਭਰਾ ਨੂੰ ਅੰਦਰ ਬੁਲਾਇਆ, ਆ ਕੇ ਉਹਨੂੰ ਬੇਟੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਤੀ, ਉਹਦੀ ਪੱਗ ਲਾਤੀ ਉਹਦੀ। ਕਿਸ ਗੱਲੋਂ? ਜਦ ਮੈਂ ਕਹਿੰਦਾ ਪਿਆ ਉਹਨੂੰ ਕਿ ਮੈਂ ਅਟੈਂਡ ਕਰਨਾ ਪਿਆ ਤੈਨੂੰ, ਕੋਈ ਪ੍ਰੋਬਲਮ ਨਹੀਂ, ਪਿੱਛੋਂ ਸਰਵਰ ਹੋ ਜਾਂਦੇ ਹੁੰਦੇ ਡਾਊਨ ਕਈ ਵਾਰੀ, ਇੰਟਰਨੈਟ ਦੇ ਸਰਵਰ ਨੇ, ਕਿਸੇ ਇਕੱਲੇ ਬੰਦੇ ਦੇ ਬਸ ਹੁੰਦੇ ਹੀ ਨਹੀਂ। ਨਹੀਂ ਜੀ ਮੈਂ ਆਪੇ ਕਢਾ ਲਾਂਗਾ ਪੈਸੇ, ਇਹ ਤਾਂ ਬਦਮਾਸ਼ੀ ਹੋ ਗਈ ਯਾਰ, ਦੁਕਾਨਾਂ ਦੇ ਵਿੱਚ ਬਦਮਾਸ਼ੀ ਚੱਲੇਗੀ। ਸਰ ਹਮਲਾ ਕੀਤਾ ਗਿਆ, ਤੁਸੀਂ ਅਗਲੇ ਦੀ ਪੱਗ ਲਾ ਦਿਓ, ਅਗਲੇ ਨੂੰ ਫੜ ਕੇ ਕੁੱਟ ਦਿਓ, ਲੰਮਾ ਪਾ ਦਿਓ, ਅਗਲਾ ਕੀ ਗੱਲ ਆਪਣਾ ਬਚਾਅ ਵੀ ਨਾ ਕਰੇ। ਸੋ ਇਹ ਘਟਨਾ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਕਦੇ ਹੋਏਗੀ ਕਵਰੇਜ? ਜ਼ਰੂਰ ਹੋਏਗੀ। ਕੀ ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਇਹ ਅੱਛੀ ਗੱਲ ਨਹੀਂ, ਦੁਕਾਨਾਂ 'ਤੇ ਜਾ ਕੇ ਇੱਕ ਸ਼ਰੀਫ ਆਦਮੀ ਦੇ ਜਾ ਕੇ ਗੱਲ ਪੈਣਾ, ਉਹਦੇ ਕੱਪੜੇ ਪਾੜਦੇ ਨੇ, ਉਹਦੀ ਪੱਗ ਲਾ ਦੇਣੀ, ਕੋਈ ਸੈਂਸ ਹੈ? ਮੈਨੂੰ ਤੁਸੀਂ ਦੱਸੋ ਪਹਿਲੇ, ਪੱਤਰਕਾਰ ਹੋਣ ਦੇ ਨਾਤੇ ਤੁਸੀਂ ਮੈਨੂੰ ਦੱਸੋ ਕਿ ਇਹ ਸੈਂਸੀਬਲ ਗੱਲ ਹੈ? ਗਏ ਨੇ ਕੋਤਵਾਲੀ ਕੰਪਲੇਂਟ ਲਿਖਾਉਣੀ ਗਏ ਨੇ, ਇਹ ਕੋਈ ਤਰੀਕਾ ਥੋੜ੍ਹਾ ਹੈਗਾ ਤੁਸੀਂ ਕਿਸੇ ਦੁਕਾਨ 'ਤੇ ਜਾ ਕੇ ਸ਼ਰੀਫ ਆਦਮੀ? 100 ਸਾਲ ਪੁਰਾਣੀ ਦੁਕਾਨ ਹੈ। ਪੁਲਿਸ ਨੇ ਕਿਹਾ ਜੀ ਠੀਕ ਹੈ ਜੀ ਅਸੀਂ ਇਹ ਲਿਖਦੇ ਹਾਂ, ਜੋ ਹੋਏਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ, ਇਨਸਾਫ ਦਵਾਇਆ ਜਾਏਗਾ। ਸਾਡੇ ਕੋਲ ਰਾਹੀਂ ਦੋ ਭਰਾ ਆਏ ਸੀਗੇ, ਹਾਂਜੀ ਸਰ, ਉਹਨਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਹੈ, ਹਾਂਜੀ, ਜਿਨ੍ਹਾਂ ਨੂੰ ਅਸੀਂ ਡਾਟ ਕੱਟ ਕੇ ਦੇ ਦਿੱਤਾ ਆ, ਜੋ ਰਿਜ਼ਲਟ ਆਵੇਗਾ ਬੰਦ ਦੀ ਕਾਰਵਾਈ ਕੀਤੀ ਹੈ। ਸਰ ਕੋਈ ਇਹਨਾਂ ਦਾ ਕੋਈ ਫਾਰਮ ਭਰਨ ਤੋਂ ਕੋਈ ਹੋਇਆ ਆ 200 ਰੁਪਈਏ ਦੀ ਕੋਈ? ਹਾਂਜੀ ਇਸ 'ਤੇ ਕਿਤੇ ਹੋਇਆ ਵੀ ਇਹਨਾਂ ਦਾ ਵੀ ਕਹਿੰਦੇ ਫਾਰਮ ਨਹੀਂ ਭਰਨਾ ਜਾਏ, ਕਹਿੰਦੇ ਸਾਡੇ ਪੈਸੇ ਵਾਪਸ ਦੇ ਦਿਓ, ਇਸ ਤੋਂ ਕੋਈ ਬਹਿਸ ਪਿਛਾਵਾ ਹੋਇਆ ਜੀ?